हालात घर सामने देख सकते हो परसों दी मझां अंदर मझां खड़िया दो तीन बीबिया नूं पुछ लो किने जाना उहनां तां नहीं हालात खुद सामने देख सकते हो। ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਟਾ ਮਕੇਰੀਏ ਨੇੜੇ ਪਾਣੀ ਪਾਣੀ ਚਾਰੇ ਪਾਸੇ ਹੁਣ ਖੇਤਾਂ ਦੇ ਵਿੱਚ ਦੀ ਜਾ ਰਹੇ ਆ ਪਾਣੀ ਪਸ਼ੂ ਨੂੰ ਕੱਢ ਕੇ ਲਿਆ ਰਹੇ ਨੇ ਅੰਦਰੋਂ ਵੇੜੇ ਦੇ ਵਿੱਚ ਪਸ਼ੂ ਨੂੰ ਅੰਦਰੋਂ ਕੱਢ ਕੇ ਲਿਆ ਰਹੇ ਨੇ ਚੜ੍ਹ ਗਈ ਉੱਪਰ ਚੜ੍ਹ ਗਈ ਨਹੀਂ ਜਾਈ हालात ने तुहाडे इत्थे एरिया केड़ा पैंदा है ए जी रड़ा मंड जिला हुशियारपुर अच्छा ते गंदूवाल पिंड ये दो पिंड इकट्ठे आ जी इत्थे नाल ही सारे पिंड डुब गए हैं टांडे एरिया च बह गए सारे पिंड डुब गए हां जी सारे पिंड डुब गए ने इह मैं कहा जी बिल्कुल तुसीं देखो आ कैमरा मारो आ गन्ने घट्टो घट भी 11-12 फुट गन्ने असल भी किसानां दी तबाह हो गई ते घर दा समान भी घर भी सारे जी समान समून तो कढ़िया नहीं ना गया पानी का पता ही उदों लगा जदों जक दा वी अज मुख्यमंत्री आया है कोई होई गलबात कोई कर रहे हैं देखो जी मुख्यमंत्री साहब ने आए ने ते पता कोई नहीं उन्होंने की देना उन्होंने इदा ही हाथ झड़ के चल जाना हस गए कमेटी है संस्थावां थोड़े को सेवा करने पहुंची ने बहुत सारिया आईया जी उन्होंने बहुत ज्यादा हेल्प की लोगों की तुम देखो सड़क के उपर लंगर भी पहुंचा रहे हैं पानी भी पहुंचा रहे जो पानी की ज्यादा जरूरत है और की अपील करना चाहते जो बन थोड़े जो टुटते हैं जेकर पक्के होन उच्चे होन तो अगे ये हालात ना बन सफाइया हो जाए जी दरिया दी विचों खदाई हो जाए एक तो जंगलात विभाग ने तो देखो पुल तो खलो के जंगलात विभाग ने जिहड़ा जंगल लाया हुआ वा ये पानी सानू तां इन्नी मार वजी आ वो जंगल ने पानी रोकिया अगले बन्ने रोक के सारा यानी कि एरिया मगरले बन्ने बन टुट गया जिहड़ा कोई आरजी बन सी पक्का बन नहीं सरकार ने लाया लोगों ने आरजी बन लाए थे दरिया के नाल नाल वो टुट के ओवरफ्लू हो गए सारा पानी इधर नूं निकल आया बाकी जिहड़े आ सड़क आ मेन टांडे तो श्री हरिमंदपुर रोड जिहड़ा जांदा वा इत्थे जिहड़ियां पुलियां दित्तियां गईयां ने पुलियां छोटियां ने ਉਹ ਪਾਣੀ ਖਿੱਚਦੀਆਂ ਉਦੋਂ ਆ ਜਦੋਂ ਇਧਰਲੇ ਬੰਨੇ ਡਾਫ ਲੱਗ ਜਾਂਦੇ ਤੁਹਾਡੇ ਕਹਿਣ ਦਾ ਭਾਵ ਇੱਕ ਤਾਂ ਨਿਕਾਸੀ ਦੇ ਰਾਹ ਖੁੱਲਣੇ ਚਾਹੀਦੇ ਤੇ ਬੰਨ ਉੱਚੇ ਹੋਣੇ ਚਾਹੀਦੇ ਹਾਂਜੀ ਜਿੱਥੇ ਪੁਲੀਆਂ ਨੇ ਉੱਥੇ ਸਾਨੂੰ ਪੁਲ ਚਾਹੀਦੇ ਆ ਸਫਾਈ ਹੋ ਜਾਏ ਇਹ ਮੰਡ ਏਰੀਆ ਹੈ ਜੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਗੁਰਦਾਸਪੁਰ ਦੇ ਨੇੜੇ ਮਕੇਰੀਆਂ ਦੇ ਮੰਡ ਏਰੀਆ ਇੱਥੇ ਪਹੁੰਚੇ ਆ ਘਰ ਦੇ ਵਿੱਚ ਘਰ ਕੁਝ ਉੱਚਾ ਹੋਣ ਕਰਕੇ ਥੋੜ੍ਹਾ ਸੁਰੱਖਿਅਤ ਰਿਹਾ ਆਲੇ ਦੁਆਲੇ ਪਾਣੀ ਹੀ ਪਾਣੀ ਹੈ ਅਤੇ ਸਾਰਾ ਪਰਿਵਾਰ ਇੱਥੇ ਆਇਆ ਅਤੇ ਸਾਨੂੰ ਉਹਨਾਂ ਨੇ ਬਿਠਾਇਆ ਇੱਥੇ ਬੜੇ ਆਦਰ ਦੇ ਨਾਲ ਤੇ ਵੀਰ ਜੀ ਕਿੰਨੇ ਕੁ ਘਰ ਇੱਥੇ ਡੁੱਬ ਗਏ ਨੇ ਵੀਰ ਜੀ ਤਕਰੀਬਨ ਰੜੇ ਮੰਡ ਦੇ ਤੇ ਗੰਦੂਵਾਲ ਦੇ ਪਾ ਕੇ 150 ਤੋਂ ਉੱਪਰ ਹੈਗਾ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਭਾਜੀ ਜਮਾਂ ਹੀ ਕੱਖ ਨਹੀਂ ਰਹਿ ਗਿਆ ਘਰ ਦਾ ਸਮਾਨ ਨਹੀਂ ਰਿਹਾ ਫਸਲਾਂ ਨਹੀਂ ਰਹੀਆਂ ਕੁਛ ਨਹੀਂ ਜੀ ਰਿਹਾ ਬਿਸਤਰੇ ਤੱਕ ਦਾਣੇ ਵੀ ਭਿੱਜ ਗਏ ਆ ਜੀ ਭਾਈ ਕਈਆਂ ਦੇ ਤਾਂ ਘਰ ਵੀ ਢਹਿ ਗਿਆ ਪਾਣੀ ਦੇ ਘਰ ਵੀ ਢਹਿ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਨਹੀਂ ਹੁਣ ਤਾਂ ਕੋਈ ਆਰਮੀ ਵਗੈਰਾ ਤਾਂ ਆਉਣੀ ਚਾਹੀਦੀ ਸੀ ਕੋਈ ਸਰਕਾਰ ਵੱਲੋਂ ਹੋਇਆ ਨਹੀਂ ਸਰ ਬਹੁਤ ਕੁਝ ਹੋਣਾ ਚਾਹੀਦਾ ਸੀ ਉਦਾਂ ਦੇ ਸਰਕਾਰ ਵੱਲੋਂ ਵੀ ਜਿੰਨਾ ਨੁਕਸਾਨ ਹੋ ਗਿਆ ਵਾ ਪਰ ਕੁਝ ਦਿੱਤਾ ਹੀ ਨਹੀਂ ਸਰਕਾਰ ਨੇ ਅੱਛਾ ਐਮਡੀਆ ਜਿਹੜੀਆਂ ਐਮਈਆਰਐਫ ਟੀਮਾਂ ਸੀ ਉਹ ਕੱਲ ਆਈਆਂ ਸੀ ਜੀ ਇੱਥੇ ਉਹ ਵੀ ਫੋਟੋਆਂ ਖਿੱਚ ਕੇ ਚਲ ਗਈਆਂ ਜੀ ਕੋਈ ਉਹਨਾਂ ਨੂੰ ਜੀ ਨਹੀਂ ਕੱਢਿਆ ਗਿਆ ਤਾਂ ਬਸ ਆਪਣੇ ਹੀ 8-7 ਬੰਦੇ ਬਹਿ ਗਏ ਕਿ ਤੌਰ ਤੇ ਥੋੜੇ ਦੇਰ ਜਿਵੇਂ ਤੁਸੀਂ ਦੱਸਦੇ ਨਿਕਲ ਜਾਂਦੇ ਦੇਖੋ ਆ ਪ੍ਰਭਾਸਰੀ ਟੀਮ ਆਈ ਹੈ ਜਿੰਨਾ ਚਿਰ ਤੁਹਾਡਾ ਨਹੀਂ ਸਹੀ ਹੁੰਦਾ ਇੱਥੇ ਪੱਕੇ ਤੌਰ ਤੇ ਤੁਹਾਡੇ ਕੋਲ ਪਹੁੰਚੀ ਹੈ ਹਾਂਜੀ ਠੀਕ ਹੈ ਯਾਰ ਕੀ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਧੰਨਵਾਦ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜੀਆਂ ਸੇਵਾ ਜਿਹੜੀਆਂ ਆਪਣੇ ਜਿਹੜੇ ਵੀਰ ਕਰ ਰਹੇ ਨੇ
ਬਹੁਤ ਦਿਲੋਂ ਸਾਡਾ ਯਾਨੀ ਕਿ ਦਿਲੋਂ ਹੀ ਧੰਨਵਾਦ ਉਹਨਾਂ ਵਾਸਤੇ ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਤਰੱਕੀ ਦੇਵੇ ਉਹਨਾਂ ਨੂੰ ਅਤੇ ਸੁੱਖ ਸ਼ਾਂਤੀ ਰੱਖੇ। ਜਿੱਦਾਂ ਹੁਣ ਇੱਥੇ ਆਣ ਕੇ ਇਹ ਬੇਹ ਸਹਾਰਿਆਂ ਦਾ ਜਿਹੜਾ ਸਹਾਰਾ ਕਰ ਡਏ ਆ ਯਾਨੀ ਕਿ ਕਰਨ ਵਾਸਤੇ ਯਾਨੀ ਕਿ ਨਾਲ ਮਦਦ ਕਰਨ ਡਏ ਨੇ ਆਪਣੇ ਪਰਿਵਾਰ ਛੱਡ ਕੇ ਜਿਹੜੇ ਇੱਥੇ ਲੋਕਾਂ ਦੀ ਸੇਵਾ ਕਰਨ ਡਏ ਨੇ ਅਤੇ ਜਿਹੜੇ ਕੱਲ੍ਹ ਸੀਗੇ ਆਏ ਜਿਹੜੇ ਤੁਸੀਂ ਗੱਲ ਕੀਤੀ ਆ ਆਪਣੇ ਲੈ ਕੇ ਅਗਨ ਵੋਟ ਸਰਕਾਰ ਵੱਲੋਂ ਉਹਨਾਂ ਨੇ ਆਣ ਕੇ ਸਿਰਫ ਇੱਥੇ ਜਦੋਂ ਪਾਣੀ ਸਾਡੇ ਯਕਦਮ ਹੀ ਚੜ ਗਿਆ। ਨਹੀਂ ਉਹਨਾਂ ਦੀ ਵੀ ਤਾਂ ਜਾਨਾਂ ਦੀ ਕੀਮਤ ਹੈ, ਫਿਰ ਕਿਹਨੇ ਸੋਚਿਆ ਪ੍ਰਸ਼ਾਸਨ ਨੇ, ਉਹਨਾਂ ਦਾ ਵੀ ਸੋਚੋ ਤੁਸੀਂ ਕੱਢ ਕੇ ਲਿਜਾ ਰਹੇ ਹੈ, ਕਿੰਨੇ ਪਸ਼ੂ ਮਰ ਜਾਣੇ, ਕਿੰਨਾ ਨੁਕਸਾਨ ਹੋ ਜਾਣਾ ਹੈ। ਪ੍ਰਸ਼ਾਸਨ ਨੇ ਜੀ ਕੁਛ ਨੀ ਕਿਸੇ ਦਾ ਸੋਚਿਆ ਗਾ ਤੇ ਇੱਥੇ ਪਿੰਡ ਦੇ ਮੁੰਡੇ ਆ 15-20 ਮੁੰਡੇ ਆ ਆਪਣੇ ਪਿੰਡ ਦੇ ਜਿਹੜੇ ਸੇਵਾ ਕਰਦੇ ਆ ਤੇ ਇੱਥੇ ਰੜੇ ਪਿੰਡ ਤੋਂ ਕੋਕਾ ਠੇਕੇਦਾਰ ਵਜਦਾ ਉਹਨੇ ਦੋ ਬੇੜੇ ਵੱਡੇ ਬਣਵਾਏ ਆ 50-50 ਫੁੱਟ ਦੇ 40-40 ਫੁੱਟ ਦੇ ਵੱਡੇ ਬੇੜੇ ਬਣਵਾਏ ਆ ਉਹ ਸੇਵਾ ਵਾਸਤੇ ਯਾਨੀ ਕਿ ਇੱਥੇ ਸਾਨੂੰ ਜਦੋਂ ਕੋਈ ਮੁਸੀਬਤ ਪੈਂਦੀ ਆ ਉਹ ਸਾਨੂੰ ਦੇ ਦਿੰਦਾ ਫਿਰ ਅਸੀਂ ਉਹਦੀ ਸਹਾਇਤਾ ਦੇ ਨਾਲ ਬੇੜੇ ਦੇ ਨਾਲ ਅਸੀਂ ਆਪਣੇ ਪਰਿਵਾਰ ਵੀ ਕੱਢੇ ਇੱਥੋਂ ਪਰਿਵਾਰ ਕੱਢ ਕੇ ਨਾਲ ਕੱਲ੍ਹ ਅਸੀਂ ਕੁਛ ਜਿਹੜੇ ਪਸ਼ੂ ਸੀਗੇ ਡੰਗਰ ਸੀਗੇ ਕੱਲ੍ਹ ਅਸੀਂ ਕੱਢੇ ਆ ਅਤੇ ਜਿਹੜੇ ਕੁਛ ਕੱਲ੍ਹ ਹਨੇਰਾ ਹੋ ਗਿਆ ਫਿਰ ਨਹੀਂ ਹਨੇਰੇ ਬੇੜਾ ਚੱਲਦਾ ਫਿਰ ਕੱਲ੍ਹ ਰਹਿ ਗਏ ਅੱਜ ਅਸੀਂ ਤਕਰੀਬਨ ਸਾਰਾ ਹੀ ਜਿਹੜਾ ਮਾਲ ਡੰਗਰ ਅਸੀਂ ਉੱਪਰ ਲੈ ਚੁੱਕੇ ਹਾਂ ਅਤੇ ਇੱਕ ਦੋ ਘਰਦੇ ਸਿਰਫ ਨਹੀਂ ਇੱਕ ਹੋਰ ਦੇਖਿਆ ਜੀ ਅਸੀਂ ਪਹਿਲਾਂ ਮਾਨਸਾ ਸਰਦੂਲਗੜ੍ਹ ਗਏ ਪਰ ਉੱਥੇ ਸਕੂਲਾਂ ਵਿੱਚ ਆਰ ਜੀ ਕੈਂਪ ਸੀ ਲੋਕਾਂ ਦੇ ਰਹਿਣ ਲਈ ਇੱਥੇ ਤਾਂ ਸੜਕ ਦੇ ਉੱਤੇ ਬੈਠੇ ਕੋਈ ਕੈਂਪ ਵੀ ਨਹੀਂ ਅਜੇ ਤੱਕ ਲੱਗਿਆ ਲੋਕਾਂ ਲਈ। ਦੇਖੋ ਜੀ ਸਾਡਾ ਏਰੀਆ ਜਿਹੜਾ ਮੰਡ ਏਰੀਆ ਪੈ ਜਾਂਦਾ ਅਗਲੇ ਬੰਨੇ ਰੜਾ ਪਿੰਡ ਪੈ ਜਾਂਦਾ ਜਿੱਥੋਂ ਦੇ ਸਰਪੰਚ ਬਣਦੇ ਆ ਉਹਨਾਂ ਦੇ ਸਰਪੰਚ ਜਿਹੜੇ ਰੜੇ ਦੇ ਬਣਦੇ ਆ ਸਾਡੇ ਵੇਟ ਏਰੀਏ ਦੀ ਕੋਈ ਸਾਰ ਨਹੀਂ ਲੈਂਦੇ ਆਹ ਤਾਂ ਚਲੋ ਪਾਣੀ ਆ ਗਿਆ ਹੁਣ ਅਤੇ ਮੁਸੀਬਤ ਤਾਂ ਪੈ ਗਈ ਆ ਅਤੇ ਨਾ ਸਾਨੂੰ ਸੜਕਾਂ ਜੀ ਇੱਥੇ ਕੋਈ ਨਾ ਕੋਈ ਸਰਕਾਰੀ ਕੋਈ ਇੱਥੇ ਕੋਈ ਸਹੂਲਤ ਹੈਗੀ ਆ ਜਦੋਂ ਕੋਈ ਜੀ ਢਿੱਲਾ ਹੁੰਦਾ ਸਾਨੂੰ ਇੱਥੋਂ 5-7 ਕਿਲੋਮੀਟਰ ਲੈ ਕੇ ਜਾਣਾ ਪੈਂਦਾ ਚਾਹੇ ਅਸੀਂ ਰਾਤ ਨੂੰ ਖੜੀਏ ਚਾਹੇ ਵੋਟਾਂ ਦੇ ਟਾਈਮ ਆਉਂਦੇ ਆ ਜੀ ਵੋਟਾਂ ਦੇ ਟਾਈਮ ਮਾਤਾ ਜੀ ਚਾਹ ਲੈ ਕੇ ਆਏ ਨੇ ਬਹੁਤ ਧੰਨਵਾਦ ਜੀ ਤੁਹਾਡਾ। ਬਾਪੂ ਜੀ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਵੀ ਇਹ ਹਾਲਾਤ ਕਦੇ ਦੇਖੇ ਤੁਸੀਂ ਕਿ ਪਹਿਲੀ ਵਾਰੀ ਦੇਖਿਆ? ਬੜੇ ਜੀ ਬੜੇ, ਹਾਂ 4-5 ਵਾਰ ਅੱਗੇ ਵੀ ਪਾਣੀ ਆਇਆ ਵਾ। ਅੱਛਾ ਸਰਕਾਰ ਬਣ ਦੇਵੇ ਸਾਡੇ ਪਾਣੀ ਆਉਣ ਦਾ ਕੋਈ ਚਾਂਸ ਹੀ ਨਹੀਂ ਬਣਦਾ ਜੀ ਪੱਕਾ।